ਇੱਕ ਨਾਮ ਗੁਰੂ ਕੋਲ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ। ਇੱਕ ਨਾਮ ਗੁਰੂ ਕੋਲ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ। ਰਾਮ ਨਾਮ ਗੁਰੂ ਕੋਲ ਮੰਗ ਲੈ, ਰਾਮ ਨਾਮ ਗੁਰੂ ਕੋਲ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ। ਇੱਕ ਨਾਮ ਗੁਰੂ ਕੋਲ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ। ਸਤਨਾਮ ਗੁਰੂ ਕੋਲ ਮੰਗ ਲੈ, ਸਤਨਾਮ ਗੁਰੂ ਕੋਲ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ। ਇੱਕ ਨਾਮ ਗੁਰੂ ਕੋਲ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ। ਕਈ ਜਨਮ ਤੈਨ ਮੰਗਦਿਆਂ ਹੋ ਗਏ, ਮੰਗਣਾ ਮੂਲ ਨਾ ਆਇਆ, ਮੰਗਣਾ ਮੂਲ ਨਾ ਆਇਆ। ਕਈ ਜਨਮ ਤੈਨ ਮੰਗਦਿਆਂ ਹੋ ਗਏ, ਮੰਗਣਾ ਮੂਲ ਨਾ ਆਇਆ, ਮੰਗਣਾ ਮੂਲ ਨਾ ਆਇਆ। ਉਹ ਰੱਬ ਤੋਂ ਮੰਗਿਆ, ਜਗ ਤੋਂ ਮੰਗਿਆ, ਮੰਗ ਮੰਗ ਸਮਾਂ ਗਵਾਇਆ, ਮੰਗ ਮੰਗ ਸਮਾਂ ਗਵਾਇਆ। ਰੱਬ ਤੋਂ ਮੰਗਿਆ, ਜਗ ਤੋਂ ਮੰਗਿਆ, ਮੰਗ ਮੰਗ ਸਮਾਂ ਗਵਾਇਆ, ਮੰਗ ਮੰਗ ਸਮਾਂ ਗਵਾਇਆ। ਤੂੰ ਇੱਕੋ ਹੀ ਦਾਤਾਰ ਨੂੰ ਮੰਗ ਲੈ, ਤੂੰ ਇੱਕੋ ਹੀ ਦਾਤਾਰ ਨੂੰ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ। ਇੱਕ ਨਾਮ ਗੁਰੂ ਕੋਲ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ। ਰਾਮ ਨਾਮ ਗੁਰੂ ਕੋਲ ਮੰਗ ਲੈ, ਰਾਮ ਨਾਮ ਗੁਰੂ ਕੋਲ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ। ਇੱਕ ਨਾਮ ਗੁਰੂ ਕੋਲ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ। ਨਿਰੰਕਾਰ ਸੀ ਭਗਤਾਂ ਸਿਮਰਨ ਦਾ ਦਾਨ ਮੰਗਿਆ, ਸਿਮਰਨ ਦਾ ਦਾਨ ਮੰਗਿਆ। ਟੁੱਠਾ ਜਦੋਂ ਨਿਰੰਕਾਰ ਸੀ ਭਗਤਾਂ ਸਿਮਰਨ ਦਾ ਦਾਨ ਮੰਗਿਆ, ਸਿਮਰਨ ਦਾ ਦਾਨ ਮੰਗਿਆ। ਪਾ ਕੇ ਸੱਚਾ ਨਾਮ ਖਜ਼ਾਨਾ, ਪਾ ਕੇ ਸੱਚਾ ਨਾਮ ਖਜ਼ਾਨਾ ਸਾਰੇ ਜਗ ਨੂੰ ਵੰਡਿਆ, ਸਾਰੇ ਜਗ ਨੂੰ ਵੰਡਿਆ। ਪਾ ਕੇ ਸੱਚਾ ਨਾਮ ਖਜ਼ਾਨਾ ਸਾਰੇ ਜਗ ਨੂੰ ਵੰਡਿਆ, ਸਾਰੇ ਜਗ ਨੂੰ ਵੰਡਿਆ। ਭਗਤੀ ਦਾ ਪੁੱਲ ਤੂੰ ਬਣ ਲੈ, ਭਗਤੀ ਦਾ ਪੁੱਲ ਤੂੰ ਬਣ ਲੈ ਸਾਰੇ ਸੁੱਖ
ਮਿਲ ਜਾਣਗੇ। ਇੱਕ ਨਾਮ ਗੁਰੂ ਕੋਲੋਂ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ। ਰਾਮ ਨਾਮ ਗੁਰੂ ਕੋਲੋਂ ਮੰਗ ਲੈ, ਰਾਮ ਨਾਮ ਗੁਰੂ ਕੋਲੋਂ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ। ਇੱਕ ਨਾਮ ਗੁਰੂ ਕੋਲੋਂ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ। ਪ੍ਰੇਮ ਦਾ ਬੂਟਾ ਲਾ ਕੇ ਹਿਰਦੇ ਵਿੱਚ ਨਾਮ ਦੀ ਜੋਤ ਜਗਾ ਲੈ, ਨਾਮ ਦੀ ਜੋਤ ਜਗਾ ਲੈ। ਪ੍ਰੇਮ ਦਾ ਬੂਟਾ ਲਾ ਕੇ ਹਿਰਦੇ ਵਿੱਚ ਨਾਮ ਦੀ ਜੋਤ ਜਗਾ ਲੈ, ਨਾਮ ਦੀ ਜੋਤ ਜਗਾ ਲੈ। ਰੋਮ ਰੋਮ ਪਰਮੇਸ਼ਰ ਜਪ ਕੇ ਜਿਉਂਦਿਆਂ ਮੁਕਤੀ ਪਾ ਲੈ, ਜਿਉਂਦਿਆਂ ਮੁਕਤੀ ਪਾ ਲੈ। ਰੋਮ ਰੋਮ ਪਰਮੇਸ਼ਰ ਜਪ ਕੇ ਜਿਉਂਦਿਆਂ ਮੁਕਤੀ ਪਾ ਲੈ, ਜਿਉਂਦਿਆਂ ਮੁਕਤੀ ਪਾ ਲੈ। ਗੁਰੂ ਚਰਨਾਂ ਚ ਪ੍ਰੀਤੀ ਗੰਢ ਲੈ ਸੱਚੀ, ਗੁਰੂ ਚਰਨਾਂ ਚ ਪ੍ਰੀਤੀ ਗੰਢ ਲੈ ਸਾਰੇ ਸੁੱਖ ਮਿਲ ਜਾਣਗੇ। ਇੱਕ ਨਾਮ ਗੁਰੂ ਕੋਲੋਂ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ। ਵਾਹਿਗੁਰੂ ਨਾਮ ਗੁਰੂ ਕੋਲੋਂ ਮੰਗ ਲੈ, ਵਾਹਿਗੁਰੂ ਨਾਮ ਗੁਰੂ ਕੋਲੋਂ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ। ਇੱਕ ਨਾਮ ਗੁਰੂ ਕੋਲੋਂ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ। ਦੇ ਦਾਵੇ ਨਾਮ ਬਿਨਾ ਨਾ ਕੋਈ ਬਚਾਵੇ, ਨਾਮ ਬਿਨਾ ਨਾ ਕੋਈ ਬਚਾਵੇ। ਝੂਠੇ ਸਭ ਇਸ ਜਗ ਦੇ ਦਾਵੇ ਨਾਮ ਬਿਨਾ ਨਾ ਕੋਈ ਬਚਾਵੇ, ਨਾਮ ਬਿਨਾ ਨਾ ਕੋਈ ਬਚਾਵੇ। ਟੁੱਟ ਜਾਂਦੇ ਨੇ ਸਾਰੇ ਰਿਸ਼ਤੇ ਨਾਮ ਤੇਰੇ ਇੱਕ ਨਾਲ ਹੀ ਜਾਵੇ, ਨਾਮ ਤੇਰੇ ਇੱਕ ਨਾਮ ਹੀ ਜਾਵੇ। ਟੁੱਟ ਜਾਂਦੇ ਨੇ ਸਾਰੇ ਰਿਸ਼ਤੇ ਨਾਲ ਤੇਰੇ ਇੱਕ ਨਾਮ ਹੀ ਜਾਵੇ, ਨਾਲ ਤੇਰੇ ਇੱਕ ਨਾਮ ਹੀ ਜਾਵੇ। ਮਨ ਨਾਮ ਦੇ ਰੰਗ ਵਿੱਚ ਰੰਗ ਲੈ, ਮਨ ਨਾਮ ਦੇ ਰੰਗ ਵਿੱਚ ਰੰਗ ਲੈ ਸਾਰੇ ਸੁੱਖ ਮਿਲ ਜਾਣਗੇ। ਇੱਕ ਨਾਮ ਗੁਰੂ ਕੋਲ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ। ਵਾਹਿਗੁਰੂ ਨਾਮ ਗੁਰੂ ਕੋਲ ਮੰਗ ਲੈ, ਵਾਹਿਗੁਰੂ ਨਾਮ ਗੁਰੂ ਕੋਲ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ। ਇੱਕ ਨਾਮ ਗੁਰੂ
ਦੀਆਂ ਸਿੱਧੀਆਂ ਮੰਗਣ ਨਾਲੋਂ ਦਾਤ ਨਾਮ ਦੀ ਮੰਗੀ ਮੰਗਣ ਨਾਲੋਂ ਦਾਤ ਨਾਮ ਦੀ ਮੰਗੀ ਦਾਤ ਨਾਮ ਦੀ ਮੰਗੀ ਸੀਸ ਰੱਖੀ ਗੁਰ ਚਰਨਾ ਤੇ ਮਨ ਨਾਮ ਰੰਗਣ ਵਿੱਚ ਰੰਗੀ ਮਨ ਨਾਮ ਰੰਗਣ ਵਿੱਚ ਰੰਗੀ ਸੀਸ ਰੱਖੀ ਗੁਰ ਚਰਨਾ ਤੇ ਮਨ ਨਾਮ ਦੀ ਰੰਗਣ ਵਿੱਚ ਰੰਗੀ ਸਿਫਤ ਸਾਈਂ ਕੋਲ ਮੰਗ ਲੈ ਤੂੰ ਸਿਫਤ ਸਾਈਂ ਕੋਲ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ ਇੱਕ ਨਾਮ ਗੁਰੂ ਕੋਲ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ ਬੜੇ ਬੜੇ ਕਰਮ ਕਾਂਡ ਕਰਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਗਿਆਨ ਹੋ ਜਾਂਦਾ ਹੈ ਵਰ ਸ਼ਰਾਪ ਪੂਰੇ ਹੋਣ ਲੱਗਦੇ ਹਨ ਪਰ ਨਾਮ ਦਾ ਕੁਝ ਸਵਾਦ ਹੋਰ ਹੈ ਨਾਮ ਦਾ ਰਸ ਉਹੀ ਮਾਣ ਸਕਦਾ ਜਿਸ ਨੇ ਗੁਰੂ ਨੂੰ ਮੰਗਿਆ ਹੋ ਮੰਗਦੇ ਅਸੀਂ ਵੀ ਹਾਂ ਦੁਨੀਆਂ ਦੇ ਪਦਾਰਥ ਜੇ ਕਿਸੇ ਧਰਮ ਅਸਥਾਨ ਤੇ ਅਸੀਂ ਚਲੀਏ ਕੱਟਦੇ ਹਾਂ ਤਾਂ ਉਹਦੇ ਪਿੱਛੇ ਵੀ ਸਾਡੀ ਕਾਮਨਾ ਆਉਂਦੀ ਹੈ ਹੇ ਨਿਰੰਕਾਰ ਮੈਨੂੰ ਫਲਾਣੀ ਵਸਤੂ ਦੇ ਜੇ ਅਸੀਂ ਅਖੰਡ ਪਾਠ ਕਰਾਉਂਦੇ ਹਾਂ ਉਸ ਪਿੱਛੇ ਵੀ ਕੋਈ ਕਾਮਨਾ ਹੈ ਹੇ ਨਿਰੰਕਾਰ ਮੇਰਾ ਫਲਾਣਾ ਕਾਰਜ ਸਵਾਰ ਜੇ ਤੀਰਥ ਯਾਤਰਾ ਕਰਦੇ ਹਾਂ ਨਿਤਨੇਮ ਕਰਦੇ ਹਾਂ ਉਹਦੇ ਪਿੱਛੇ ਵੀ ਕੋਈ ਨਾ ਕੋਈ ਮੰਗ ਹੈ ਹਜ਼ੂਰ ਕਹਿੰਦੇ ਹਨ ਇਹ ਸਾਰੀਆਂ ਮੰਗਾਂ ਤੋਂ ਰਹਿਤ ਹੋ ਕੇ ਕਿਤੇ ਤੂੰ ਪਰਮੇਸ਼ਰ ਨੂੰ ਮੰਗ ਲੈਂਦੋ ਪਰਮੇਸ਼ਰ ਲਈ ਨਾਮ ਜਪਦੋ ਤਾਂ ਪਰਮੇਸ਼ਰ ਤੇਰੀਆਂ ਝੋਲੀਆਂ ਭਰ ਦਿੰਦਾ ਤੈਨੂੰ ਮੰਗਣ ਦੀ ਲੋੜ ਵੀ ਨਾ ਰਹਿੰਦੀ ਧੰਨ ਬਾਬਾ ਹਰਨਾਮ ਸਿੰਘ ਜੀ ਜਿੱਥੋਂ ਧੰਨ ਬਾਬਾ ਨੰਦ ਸਿੰਘ ਜੀ ਮਹਾਰਾਜ ਵੱਲੋਂ ਸਾਏ ਉਹਨਾਂ ਦੀ ਸੰਗਤ ਤੋਂ ਸਭ ਕੁਛ ਪ੍ਰਾਪਤ ਹੋਇਆ ਇੱਕ ਵੇਰਾ ਅੰਮ੍ਰਿਤ ਵੇਲੇ ਬਾਬਾ ਹਰਨਾਮ ਸਿੰਘ ਜੀ ਤਾੜੀ ਮਾਰ ਕੇ ਕਹਿਣ ਲੱਗੇ ਨੰਦ ਸਿੰਘ ਲੈ ਗਿਆ ਨੰਦ ਸਿੰਘ ਲੈ ਗਿਆ ਤੇ ਜਿਹੜੇ 30-40 ਸਾਲ ਤੋਂ ਮਹਾਰਾਜ ਦੇ ਸੇਵਕ ਉੱਥੇ ਹੀ ਬਿਤਾ ਰਹੇ ਸਨ ਜਪ ਤਪ ਸਿਮਰਨ ਕਰਕੇ ਉਹ ਭੱਜੇ ਆਏ ਮਹਾਰਾਜ ਇਹ ਤਾਂ ਕੱਲ ਆ ਰਹੇ ਹਨ ਥੋੜਾ ਹੀ ਸਮਾਂ ਹੋਇਆ ਤੇ ਤੁਸੀਂ ਕਹਿ ਰਹੇ ਹੋ ਲੈ ਗਿਆ ਤੇ ਸਾਨੂੰ ਇੱਥੇ ਸਾਰੀਆਂ ਉਮਰਾਂ ਬੀਤ ਗਈਆਂ ਇਹ ਕਿਵੇਂ ਹੋ ਸਕਦਾ ਤਾਂ ਧੰਨ ਬਾਬਾ ਹਰਨਾਮ ਸਿੰਘ ਜੀ ਕਹਿਣ ਲੱਗੇ ਭਾਈ ਤੁਸੀਂ ਰਿੱਧੀਆਂ ਸਿੱਧੀਆਂ ਮੰਗਣ ਵਾਲੇ ਹੋ ਤੁਸੀਂ ਗਿਆਨ ਦਾ ਪੁੱਤਰ ਮੰਗਣ ਲਈ ਆਏ ਹੋ ਤੇ ਬਾਬਾ ਆਨੰਦ ਸਿੰਘ ਨੇ ਜਦੋਂ ਵੀ ਮੰਗੀ ਹੈ ਭਗਤੀ ਮੰਗੀ ਹੈ ਯਾਨੀ ਧੀ ਰੂਪੀ ਭਗਤੀ ਮੰਗੀ ਹੈ ਤੇ ਜਿਹਦੇ ਘਰ ਧੀ ਦੇਈਏ ਉਹਦੇ ਅੱਗੇ ਮੱਥਾ ਟੇਕਣਾ ਪੈਂਦਾ ਉਚਾਰਨ ਕਰੋ ਸ੍ਰੀ ਵਾਹਿਗੁਰੂ ਇਹਨਾਂ ਨੇ ਜਦੋਂ ਵੀ ਮੰਗਿਆ ਹੈ ਨਾਮ ਮੰਗਿਆ ਹੈ ਭਗਤੀ ਮੰਗੀ ਹੈ ਕਈ ਜਨਮ ਇਹਨਾਂ ਨੂੰ ਸਾਡੇ ਨਾਲ ਆਉਂਦਿਆਂ ਹੋ ਗਏ ਹਨ ਇਹਨਾਂ ਨੇ ਕੋਈ ਦੁਨਿਆਵੀ ਦਾਤ ਨਹੀਂ ਮੰਗੀ ਕੋਈ ਪਦਾਰਥ ਨਹੀਂ ਮੰਗਿਆ ਕੋਈ ਰਿੱਧੀਆਂ ਸਿੱਧੀਆਂ ਨਹੀਂ ਮੰਗੀਆਂ ਕੋਈ ਗਿਆਨ ਨਹੀਂ ਮੰਗਿਆ ਬਸ ਇਹੋ ਹੀ ਮੰਗਿਆ
ਕਿ ਇੱਕ ਪਰਮੇਸ਼ਰ ਦੇ ਸੋਹਣੇ ਦੀਦਾਰ ਹੋ ਜਾਣ, ਇੱਕ ਗੁਰੂ ਨਾਨਕ ਮੇਰੇ ਹਿਰਦੇ ਵਿੱਚ ਵਸ ਜਾਵੇ। ਤੇ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਗਿਆ ਧੰਨ ਗੁਰੂ ਨਾਨਕ ਪਾਤਸ਼ਾਹ, ਉਹਨੂੰ ਕਿਉਂ ਨਾ ਸੰਸਾਰ ਆ ਕੇ ਮੱਥੇ ਟੇਕੇਗਾ। ਤੋ ਗਿਆਨ ਰੂਪੀ ਪੁੱਤਰ ਮੰਗਣ ਵਾਲੇ ਤਾਂ ਸੰਸਾਰ ਵਿੱਚ ਬਹੁਤ ਹਨ, ਰਿਧੀਆਂ ਸਿੱਧੀਆਂ, ਧਨ ਦੌਲਤ ਪਦਾਰਥ ਸਭ ਕੁਛ ਲੋਕੀ ਮੰਗੀ ਜਾ ਰਹੇ ਹਨ। ਆਖੇ ਮੰਗੇ ਦੇਹ ਦੇ ਦਾਤ ਕਰੇ ਦਾਤਾਰ, ਦਾਤਾਰ ਦੇ ਵੀ ਰਿਹਾ ਹੈ, ਪਰ ਕੋਈ ਵਿਰਲੇ ਹਨ ਜਿਹੜੇ ਨਿਤਨੇਮ ਕਰਦੇ ਹਨ, ਨਾਮ ਸਿਮਰਨ ਕਰਦੇ ਹਨ। ਕਾਹਦੇ ਲਈ? ਇੱਕ ਗੁਰੂ ਦੇ ਦਰਸ਼ਨਾਂ ਲਈ। ਤੇ ਜਿਨ੍ਹਾਂ ਨੇ ਗੁਰੂ ਨੂੰ ਮੰਗ ਲਿਆ ਫਿਰ ਪਿੱਛੇ ਬਾਕੀ ਰਿਹਾ ਨਹੀਂ ਕੁਝ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਪ ਆਪਣੀ ਬਾਣੀ ਵਿੱਚ ਲਿਖ ਰਹੇ ਹਨ ਕਿ ਗੁਰੂ ਪਿਤਾ ਗੁਰੂ ਰਾਮਦਾਸ ਮਹਾਰਾਜ ਜੀ ਨੇ ਜਦੋਂ ਸਾਨੂੰ ਕਿਹਾ ਕਿ ਬੇਟਾ ਕੁਝ ਮੰਗੋ, ਤਾਂ ਫਿਰ ਅਸੀਂ ਨਿਮਰਤਾ ਦੇ ਨਾਲ ਬੇਨਤੀ ਕੀਤੀ, ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤਿਸ ਬਾਰਕ ਭੂਖ ਕੈਸੀ, ਨਾਉ ਨਿਤ ਨਾਮ ਨਿਧਾਨ ਗ੍ਰਹਿ ਤੇਰੇ, ਮਨ ਬਾਛੇ ਸੋ ਲੈਸੀ। ਪਰ ਜਦੋਂ ਗੁਰੂ ਪਿਤਾ ਦਾ ਤੀਸਰਾ ਬਚਨ ਹੋਇਆ ਬੇਟਾ ਕੁਝ ਤਾਂ ਮੰਗ, ਤਾਂ ਫਿਰ ਅਸੀਂ ਇਹ ਦਾਤ ਮੰਗੀ ਕਿ ਪਿਤਾ ਕਿਰਪਾਲ ਆਗਿਆ ਇਹ ਦੀਨੀ, ਬਾਰਕ ਮੁਖ ਮੰਗੇ ਸੋ ਦੇਨਾ, ਨਾਨਕ ਬਾਰਕ ਦਰਸ ਪ੍ਰਭ ਚਾਹੇ, ਮੋਇ ਹਿਰਦੇ ਬਸੇ ਨਿਤ ਚਰਨ। ਹੇ ਗੁਰੂ ਪਿਤਾ, ਜੇ ਤੁੱਠੇ ਹੋ, ਜੇ ਰਹਿਮਤਾਂ ਦੇ ਘਰ ਵਿੱਚ ਆਏ ਹੋ, ਤਾਂ ਜਿਹੜਾ ਦਰਸ਼ਨਾਂ ਦਾ ਆਨੰਦ ਬਣਿਆ ਹੋਇਆ, ਤੇਰੇ ਦੀਦਾਰ ਹੋ ਰਹੇ ਹਨ, ਇਹ ਰਸ ਕਦੀ ਟੁੱਟੇ ਨਾ। ਜਿਤਨੇ ਤੱਕ ਜ਼ਮੀਨ ਅਸਮਾਨ ਹਨ, ਸੰਸਾਰ ਹੈ, ਇਹ ਰਸ ਕਦੇ ਨਾ ਟੁੱਟੇ। ਤੇ ਫਿਰ ਜਿਨ੍ਹਾਂ ਨੇ ਗੁਰੂ ਨੂੰ ਮੰਗ ਲਿਆ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਫਿਰ ਆਪ ਗੁਰੂ ਅਰਜਨ ਦੇਵ ਮਹਾਰਾਜ ਦੇ ਹਿਰਦੇ ਤੇ ਸਦਾ ਲਈ ਆਸਣ ਲਾ ਲਿਆ। ਗੁਰੂ ਅਰਜਨ ਪ੍ਰਤੱਖ ਹਰ ਹੋ ਗਏ ਜਿਨ੍ਹਾਂ ਨੇ ਹਰੀ ਨੂੰ ਮੰਗ ਲਿਆ। ਇਸ ਲਈ ਹਜ਼ੂਰ ਕਹਿੰਦੇ ਨੇ ਭਾਈ ਰਿਧੀਆਂ ਸਿੱਧੀਆਂ ਮੰਗ ਲਏਗਾ ਕੀ ਹੋ ਜਾਏਗਾ, ਕਿਸੇ ਨੂੰ ਵਰ ਕਿਸੇ ਨੂੰ ਸ਼ਰਾਬ, ਦਾਤਾਂ ਮੰਗ ਲਏਗਾ ਖਾਂਦਿਆਂ ਖਾਂਦਿਆਂ ਮੁੱਕ ਜਾਣਗੀਆਂ, ਹੋਰ ਮੰਗੇਗਾ। ਤੇ ਜਿਨ੍ਹਾਂ ਨੇ ਦਾਤਾਰ ਨੂੰ ਮੰਗ ਲਿਆ ਉਹਨਾਂ ਨੇ ਸਭ ਕੁਛ ਮੰਗ ਲਿਆ। ਇਸ ਲਈ ਇੱਕ ਨਾਮ ਗੁਰੂ ਕੋਲੋਂ ਮੰਗ ਲੈ, ਇੱਕੋ ਹੀ ਵਸਤੂ ਮੰਗ ਲੈ, ਫਿਰ ਤੈਨੂੰ ਮੰਗਣ ਦੀ ਲੋੜ ਹੀ ਨਹੀਂ ਰਹੇਗੀ। ਇੱਕ ਨਾਮ ਗੁਰੂ ਕੋਲ ਮੰਗ ਲੈ, ਇੱਕ ਨਾਮ ਗੁਰੂ ਕੋਲ ਮੰਗ ਲੈ, ਸਾਰੇ ਸੁੱਖ ਮਿਲ ਜਾਣਗੇ। ਇੱਕ ਨਾਮ ਗੁਰੂ ਕੋਲ ਮੰਗ ਲੈ, ਸਾਰੇ ਸੁੱਖ ਮਿਲ ਜਾਣਗੇ। ਵਾਹਿਗੁਰੂ ਨਾਮ ਗੁਰੂ ਕੋਲ ਮੰਗ ਲੈ, ਵਾਹਿਗੁਰੂ ਨਾਮ ਗੁਰੂ ਕੋਲ ਮੰਗ ਲੈ, ਸਾਰੇ ਸੁੱਖ ਮਿਲ ਜਾਣਗੇ। ਇੱਕ ਨਾਮ ਗੁਰੂ ਕੋਲ ਮੰਗ ਲੈ, ਸਾਰੇ ਸੁੱਖ ਮਿਲ ਜਾਣਗੇ। ਸਿੱਧੀਆਂ ਮੰਗਣ ਨਾਲੋਂ ਦਾਤ ਨਾਮ ਦੀ ਮੰਗੀ, ਦਾਤ ਨਾਮ ਦੀ ਮੰਗੀ, ਸੀਸ
ਰੱਖੀ ਗੁਰ ਚਰਨਾ ਤੇ ਮਨ ਨਾਮ ਰੰਗਣ ਵਿੱਚ ਰੰਗੀ ਤੂੰ ਸਿਫਤ ਸਾਈ ਕੁਲ ਮੰਗ ਲੈ ਤੂੰ ਸਿਫਤ ਸਾਈ ਕੁਲ ਮੰਗ ਲੈ ਸਾਰੇ ਸੁਖ ਮਿਲ ਜਾਣਗੇ ਇੱਕ ਨਾਮ ਗੁਰੂ ਕੋਲ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ ਇੱਕ ਨਾਮ ਗੁਰੂ ਕੋਲ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ ਵੱਲ ਵੇਖਿਆ ਜਿਵੇਂ ਪਰਛਾਵਾਂ ਮਗਰੇ ਆਵੇ ਸੂਰਜ ਵੱਲ ਵੇਖਦਿਆਂ ਜਿਵੇਂ ਪਰਛਾਵਾਂ ਮਗਰੇ ਆਵੇ ਕਰ ਲੈ ਮੁਖ ਗੁਰੂ ਨਾਨਕ ਦੇ ਵੱਲ ਤੇਰਾ ਜੀਵਨ ਸਫਲ ਹੋ ਜਾਵੇ ਕੀਰਤੀ ਹਰ ਜੀ ਤੋਂ ਮੰਗ ਲੈ ਪ੍ਰਭੂ ਕੀਰਤੀ ਹਰ ਜੀ ਤੋਂ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ ਇੱਕ ਨਾਮ ਗੁਰੂ ਕੋਲ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ ਵਾਹਿਗੁਰੂ ਨਾਮ ਗੁਰੂ ਕੋਲ ਮੰਗ ਲੈ ਵਾਹਿਗੁਰੂ ਨਾਮ ਗੁਰੂ ਕੋਲ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ ਇੱਕ ਨਾਮ ਗੁਰੂ ਕੋਲ ਮੰਗ ਲੈ ਸਾਰੇ ਸੁੱਖ ਮਿਲ ਜਾਣਗੇ ਸਤਨਾਮ ਵਾਹਿਗੁਰੂ 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 ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਇੱਕ ਨਾਮ ਗੁਰੂ ਕੋਲ ਮੰਗ ਲੈ ਇੱਕ ਨਾਮ ਗੁਰੂ ਕੋਲ ਮੰਗ ਲੈ ਹਰ ਸੁੱਖ ਮਿਲ ਜਾਣਗੇ ਜਿਨ੍ਹਾਂ ਨੇ ਗੁਰੂ ਨੂੰ ਮੰਗ ਲਿਆ ਉਹਨਾਂ ਨੂੰ ਫਿਰ ਕੁਝ ਮੰਗਣ ਦੀ ਲੋੜ ਨਹੀਂ ਰਹੀ ਮਹਾਪੁਰਖ ਇੱਕ ਬਚਨ ਸੁਣਾਇਆ ਕਰਦੇ ਸਨ ਕਿ ਇੱਕ ਭੋਲਾ ਇਨਸਾਨ ਜਿਹਦਾ ਲੋਕਾਂ ਨੇ ਨਾਮ ਹੀ ਭੋਲਾ ਪਾਇਆ ਹੋਇਆ ਸੀ ਇੱਕ ਵੇਰਾ ਉਸਨੇ ਦੇਖਿਆ ਕਿ ਰਾਸ ਧਾਰੀਏ ਰਾਸ ਪਾ ਰਹੇ ਹਨ ਕੋਈ ਰਾਜਾ ਬਣਿਆ ਕੋਈ ਵਜ਼ੀਰ ਬਣਿਆ ਕੋਈ ਸਿਪਾਹੀ ਬਣਿਆ ਕੋਈ ਮੁਜਰਮ ਬਣਿਆ
ਤੇ ਡਰਾਮਾ ਜਦੋਂ ਵੇਖਿਆ ਤੇ ਮਨ ਵਿੱਚ ਇੱਛਾ ਹੋਈ ਬਈ ਅਸਲੀ ਰਾਜਾ ਵੇਖਣਾ ਚਾਹੀਦਾ ਕਿ ਅਸਲੀ ਰਾਜਾ ਕਿਵੇਂ ਹੋਵੇਗਾ। ਕਿਸੇ ਨੇ ਦੱਸਿਆ ਫਲਾਣੇ ਸ਼ਹਿਰ ਚਲਾ ਜਾ, ਉੱਥੇ ਇੱਕ ਰਾਜਾ ਰਹਿੰਦਾ, ਰਾਜੇ ਦਾ ਕਿਲਾ ਵੀ ਹੈ। ਜਦੋਂ ਇਸ ਸ਼ਹਿਰ ਵਿੱਚ ਆਇਆ, ਕਿਉਂਕਿ ਭੋਲਾ ਸੀ, ਕੋਈ ਚਤਰਾਈ ਨਹੀਂ, ਕੋਈ ਸਿਆਣਪ ਨਹੀਂ, ਲੋਕਾਂ ਨੂੰ ਪੁੱਛਦਾ ਫਿਰਦਾ ਬਈ ਰਾਜਾ ਕਿੱਥੇ ਰਹਿੰਦਾ, ਤੇ ਕਿਸੇ ਨੇ ਕਿਲੇ ਵੱਲ ਇਸ਼ਾਰਾ ਕੀਤਾ ਬਈ ਉਧਰ ਰਹਿੰਦਾ ਰਾਜਾ। ਤੇ ਭੋਲਾ ਉਸ ਕਿਲੇ ਨੂੰ, ਰਾਜੇ ਦੇ ਮਹਿਲ ਨੂੰ ਹੀ ਮੱਥੇ ਟੇਕੀ ਜਾਂਦਾ। ਤੇ ਕੋਈ ਭਲਾ ਮਨੁੱਖ ਲੰਘਿਆ, ਕਹਿਣ ਲੱਗਾ ਮਹਿਲ ਨੂੰ ਮੱਥਾ ਟੇਕ ਰਿਹਾ ਕਿ ਇਹੀ ਤਾਂ ਰਾਜਾ। ਕਹਿਣ ਲੱਗਾ ਨਹੀਂ ਭੋਲਿਆ, ਇਹ ਤਾਂ ਰਾਜੇ ਦਾ ਮਹਿਲ ਹੈ, ਰਾਜਾ ਇਸ ਦੇ ਅੰਦਰ ਰਹਿੰਦਾ, ਹੁਣੇ ਪਾਲਕੀ ਬਾਹਰ ਆਵੇਗੀ ਤੇ ਤੂੰ ਦਰਸ਼ਨ ਕਰ ਲਈ ਜੇ ਤੇਰੇ ਮਨ ਦੀ ਇੱਛਾ ਹੈ ਤਾਂ। ਰਾਜੇ ਦੀ ਪਾਲਕੀ ਆਈ ਬਾਹਰ, ਲੋਕ ਫੁੱਲਾਂ ਦੀ ਵਰਖਾ ਕਰ ਰਹੇ ਹਨ, ਜੈ ਜੈਕਾਰ ਕਰ ਰਹੇ ਹਨ, ਤੇ ਭੋਲਾ ਦਰਸ਼ਨ ਕਰਕੇ ਮੁੜ ਮੁੜ ਮੱਥੇ ਟੇਕਦਾ, ਮੁੜ ਦਰਸ਼ਨ ਕਰਦਾ ਫਿਰ ਮੱਥਾ ਟੇਕਦਾ। ਰਾਜੇ ਨੇ ਵੇਖਿਆ ਬਈ ਕਿਤਨਾ ਭੋਲਾ ਮਨੁੱਖ ਹੈ, ਕਿਤਨਾ ਪਿਆਰਾ ਲੱਗ ਰਿਹਾ ਇਸਦਾ ਭੋਲਾਪਨ। ਕਿਉਂਕਿ ਬੱਚਾ ਜਿਤਨੇ ਤੱਕ ਭੋਲਾ ਪਾਲਾ ਹੁੰਦਾ, ਮਾਂ ਬਾਪ ਉਸਨੂੰ ਬੜਾ ਸੱਚਾ ਔਰ ਸੁੱਚਾ ਪਿਆਰ ਦਿੰਦੇ ਹਨ। ਤੇ ਜਿਉਂ ਜਿਉਂ ਮਨੁੱਖ ਦੇ ਵਿੱਚ ਚਤਰਾਈ ਆਉਂਦੀ ਹੈ ਤੇ ਫਿਰ ਸੱਚੇ ਪਿਆਰ ਤੋਂ ਵਾਂਝਿਆ ਹੋ ਜਾਂਦਾ ਹੈ ਮਨੁੱਖ। ਇਸੇ ਤਰ੍ਹਾਂ ਗੁਰੂ ਦੇ ਚਰਨਾਂ ਦਾ ਵੀ ਪਿਆਰ, ਜਿਨ੍ਹਾਂ ਨੇ ਸੱਚਾ ਪਿਆਰ ਕੀਤਾ ਗੁਰੂ ਉਹਨਾਂ ਨੂੰ ਕਰੋੜ ਗੁਣਾ ਵੱਧ ਪਿਆਰ ਕਰਦਾ। ਤੇ ਜਦੋਂ ਸਾਡੇ ਪਿਆਰ ਵਿੱਚ ਮਿਲਾਵਟ ਆ ਜਾਵੇ, ਸਿਆਣਪ ਆ ਜਾਵੇ, ਚਤਰਾਈ ਆ ਜਾਵੇ, ਤੇ ਫਿਰ ਗੁਰੂ ਦੇ ਪਿਆਰ ਤੋਂ ਅਸੀਂ ਵਾਂਝੇ ਰਹਿ ਜਾਂਦੇ। ਭੋਲਾ ਮੁੜ ਮੁੜ ਮੱਥੇ ਟੇਕਦਾ, ਰਾਜੇ ਨੂੰ ਵੇਖਦਾ, ਮੁੜ ਮੱਥਾ ਟੇਕ। ਰਾਜੇ ਨੇ ਆਖਿਆ ਇੱਥੇ ਪਾਲਕੀ ਨੂੰ, ਰੋਕੋ, ਇਸ ਬੱਚੇ ਨੂੰ ਬੁਲਾਓ। ਬੱਚੇ ਨੂੰ ਬੁਲਾਇਆ, ਕਿਉਂ ਬਈ ਤੇਰਾ ਕੀ ਨਾਂ ਹੈ? ਕਿ ਜੀ ਮੇਰਾ ਨਾਂ ਭੋਲਾ ਹੈ। ਤੇ ਸਾਡੇ ਕੋਲ ਰਹੇਗਾ ਬਈ? ਜੇ ਤੈਨੂੰ ਅਸੀਂ ਆਪਣੇ ਨਾਲ ਰੱਖਣਾ ਚਾਹੀਏ ਤਾਂ ਰਹੇਗਾ? ਭੋਲਾ ਕਹਿਣ ਲੱਗਾ, ਨਹੀਂ ਮਹਾਰਾਜ, ਤੁਸੀਂ ਮੈਨੂੰ ਘਰੇ ਛੱਡ ਕੇ ਚਲੇ ਜਾਓਗੇ, ਪਿੱਛੇ ਮੈਂ ਰੋਂਦਾ ਰਹਾਂਗਾ, ਮੈਂ ਨਹੀਂ ਤੁਹਾਡੇ ਕੋਲ ਰਹਿਣਾ, ਮੈਨੂੰ ਨਹੀਂ ਲੋੜ ਰਹਿਣ ਦੀ। ਕਹਿਣ ਲੱਗੇ ਭੋਲਿਆ, ਤੈਨੂੰ ਅਸੀਂ ਨਾਲ ਹੀ ਰੱਖਿਆ ਕਰਾਂਗੇ, ਤੂੰ ਸਾਡੇ ਨਾਲ ਰਹੋ, ਸਾਡੇ ਕੋਲ ਰਹੋ। ਰਾਜੇ ਨੇ ਕਿਹਾ, ਕੁਝ ਮੰਗਣਾ ਹੀ ਤਾਂ ਮੰਗ ਲੈ, ਬੇਸ਼ੱਕ ਉਹ ਵੀ ਦੇਣ ਨੂੰ ਤਿਆਰ। ਭੋਲੇ ਨੇ ਆਖਿਆ, ਨਹੀਂ, ਮੈਨੂੰ ਤਾਂ ਕੇਵਲ ਤੇਰੀ ਲੋੜ ਹੈ, ਮੈਨੂੰ ਤਾਂ ਕੇਵਲ ਤੇਰੇ ਹੀ ਦੀਦਾਰ ਦੀ ਇੱਛਾ ਹੈ, ਤੇ ਜੇ ਤੂੰ ਵਿਛੋੜਨਾ ਨਾ ਹੋਵੇ ਤਾਂ ਮੈਂ ਤੇਰੇ ਕੋਲ ਰਹਿੰਦਾ। ਵਾਅਦਾ ਲੈ ਲਿਆ ਰਾਜੇ ਕੋਲੋਂ। ਰਾਜੇ ਨੇ ਹੁਕਮ ਕੀਤਾ, ਬਈ ਇਹਨੂੰ ਇਸ਼ਨਾਨ ਕਰਾ ਕੇ ਸੋਹਣੇ ਬਸਤਰ ਪਹਿਨਾਓ, ਕਿਉਂਕਿ ਹੁਣ ਇਸਨੇ ਮਹਿਲਾਂ ਵਿੱਚ ਰਹਿਣਾ ਹੈ। ਇੱਕ ਭੋਲਾਪਨ ਕਿੱਥੇ ਪਹੁੰਚਾ ਦਿੱਤਾ। ਭੋਲੇ ਪਾਓ ਮਿਲੇ ਰਗਰਾਇਆ, ਤੰਨੇ ਜੱਟ ਨੇ ਭੋਲੇ ਪਾਓ ਪਰਮੇਸ਼ਰ ਨੂੰ ਪਾ ਲਿਆ ਸੀ। ਅਸੀਂ ਸਿਆਣਪਾਂ ਨਾਲ ਪਰਮੇਸ਼ਰ ਨੂੰ ਪਾਉਣਾ ਚਾਹੁੰਦੇ ਹਾਂ ਪਰ ਕਦੇ ਨਹੀਂ ਮਿਲਦਾ। ਚਤਰਾਈ ਸਿਆਣਪਾਂ ਕਿਤੇ ਕੰਮ ਨਾ ਆਈਆਂ, ਕਿਤੇ ਕੰਮ ਨਹੀਂ ਆਉਂਦੀ।
ਬਲਕਿ ਜੇਤੀ ਸਿਆਣਪ ਕਰਮ ਹੋਂ ਕੀਏ ਤੇਤੇ ਬੰਧ ਪਰੇ। ਜਿਤਨੀਆਂ ਮਨੁੱਖ ਸਿਆਣਪਾਂ ਕਰਦਾ ਆਪਣੇ ਗਲਾਂ ਵਿੱਚ ਆਪ ਦੁੱਖਾਂ ਦੀਆਂ ਫਾਈਆਂ ਪਾ ਲੈਂਦਾ। ਉਚਾਰਨ ਕਰੋ ਸ੍ਰੀ ਭੋਲੇ ਵਾਸਤੇ ਸੋਹਣੇ ਕੱਪੜੇ ਆ ਗਏ। ਭੋਲਾ ਕਹਿਣ ਲੱਗਾ ਮੈਂ ਤਾਂ ਇਹ ਨਵੇਂ ਕੱਪੜੇ ਨਹੀਂ ਪਾਉਣੇ, ਮੈਂ ਤਾਂ ਰਾਜੇ ਦਾ ਜਿਹੜਾ ਲੱਥਾ ਹੋਇਆ ਛਿਟਿਆ ਹੋਇਆ ਜਿਹੜਾ ਬਸਤਰ ਹੈ ਮੈਂ ਤਾਂ ਉਹਦਾ ਲੱਥਾ ਹੋਇਆ ਬਸਤਰ ਪਹਿਰਾਂਗਾ, ਮੈਂ ਨਹੀਂ ਨਵੇਂ ਪਹਿਰਨੇ। ਰਾਜੇ ਨੂੰ ਪਤਾ ਲੱਗਾ, ਕਹਿਣ ਲੱਗੇ ਭਾਈ ਦਿਓ ਫਿਰ, ਜਿਵੇਂ ਕਹਿੰਦਾ ਹੁਣ ਇਹਦੀ ਮੰਨਣੀ ਪਏਗੀ। ਭੋਲੇ ਵਾਸਤੇ ਬੜੇ ਸੁੰਦਰ ਪਦਾਰਥ ਬਣ ਕੇ ਪ੍ਰਸ਼ਾਦਾ ਤਿਆਰ ਹੋ ਕੇ ਆਇਆ। ਭੋਲਿਆ ਆ ਰੋਟੀ ਖਾ ਲੈ ਬਈ, ਪ੍ਰਸ਼ਾਦ ਛਕ ਲੈ। ਕਹਿਣ ਲੱਗਾ ਮੈਂ ਤਾਂ ਨਹੀਂ ਇਹ ਪ੍ਰਸ਼ਾਦ ਛਕਣਾ, ਮੈਂ ਤਾਂ ਜਿਹੜਾ ਰਾਜੇ ਦੇ ਥਾਲ ਵਿੱਚ ਬਚਿਆ ਖੁਚਿਆ ਹੈ ਨਾ, ਮੈਂ ਤਾਂ ਉਹਦੇ ਨਾਲ ਹੀ ਗੁਜ਼ਾਰਾ ਕਰਿਆ ਕਰਾਂਗਾ। ਰਾਜਾ ਬੜਾ ਪ੍ਰਸੰਨ ਹੋਇਆ। ਰਾਜੇ ਦਾ ਦਿਨੋ ਦਿਨ ਪਿਆਰ ਵਧਦਾ ਜਾ ਰਿਹਾ ਇਹਦੇ ਨਾਲ। ਜਿੱਥੇ ਜਾਂਦਾ ਹੈ ਉਹਨੂੰ ਨਾਲ ਲੈ ਜਾਣਾ, ਉਹਨੂੰ ਰਾਜੇ ਲਈ ਵੀ ਇੱਕ ਘੋੜਾ ਤਿਆਰ ਹੋਵੇ ਤੇ ਭੋਲੇ ਲਈ ਵੀ ਨਾਲ ਹੋਣਾ, ਕਿਉਂਕਿ ਵਾਅਦਾ ਦਿੱਤਾ ਹੈ। ਕਈ ਭੋਲੇ ਨੂੰ ਰਾਜਾ ਸਮਝ ਕੇ ਨਮਸਕਾਰ ਕਰ ਜਾਂਦੇ ਹਨ, ਕਈ ਰਾਜੇ ਨੂੰ ਕਰ ਜਾਂਦੇ ਹਨ। ਰਾਜੇ ਨੂੰ ਇਤਨਾ ਪਿਆਰ ਹੋ ਗਿਆ ਭੋਲੇ ਨਾਲ ਕਿ ਆਪਣੀ ਰਾਜ ਗੱਦੀ ਵੀ ਉਸਨੂੰ ਦੇ ਦਿੱਤੀ ਤੇ ਆਪ ਸਿਮਰਨ ਵਿੱਚ ਜੁੜ ਗਿਆ। ਜਦੋਂ ਤੋਂ ਭੋਲਾ ਰਾਜ ਤੇ ਬੈਠਾ, ਗੱਦੀ ਤੇ ਬੈਠਾ, ਹੁਣ ਗਰੀਬਾਂ ਨੂੰ ਦੇ ਹੀ ਜਾ ਰਿਹਾ, ਖਜ਼ਾਨਿਆਂ ਵਿੱਚੋਂ ਕੱਢ ਕੇ ਗਰੀਬਾਂ ਦੀਆਂ ਲੋੜਾਂ ਪੂਰੀਆਂ ਕਰ ਰਿਹਾ, ਉਧਾਰ ਦਿੱਤੀ ਜਾਂਦਾ ਸਾਰਿਆਂ ਨੂੰ। ਜਿਹੜਾ ਕੋਈ ਆਉਂਦਾ ਉਧਾਰ ਮੰਗਦਾ ਉਸਨੂੰ ਦੇ ਦੇਣਾ, ਤੇ ਜਦੋਂ ਉਹਨਾਂ ਗਰੀਬਾਂ ਨੇ ਪੁੱਛਣਾ ਮਹਾਰਾਜ ਮੋੜੋਗੇ ਕਦੋਂ, ਤਾਂ ਭੋਲਾ ਕਹਿੰਦਾ ਕਿ ਮੋੜਾਂਗਾ ਉਦੋਂ ਜਦੋਂ ਰਾਜਾ ਮਰੇਗਾ। ਉਚਾਰਨ ਕਰੋ ਸ੍ਰੀ ਵਜ਼ੀਰਾਂ ਨੇ ਜਾ ਕੇ ਸ਼ਿਕਾਇਤ ਕੀਤੀ ਰਾਜੇ ਨੂੰ, ਬਈ ਇਹ ਤਾਂ ਤੁਹਾਨੂੰ ਮਾਰਨਾ ਲੋੜਦਾ। ਤੇ ਰਾਜੇ ਨੇ ਮਨ ਵਿੱਚ ਸੋਚਿਆ ਬਈ ਸਭ ਕੁਛ ਇਸਨੂੰ ਦੇ ਦਿੱਤਾ, ਫਿਰ ਕਿਉਂ ਮੈਨੂੰ ਮਾਰਨਾ ਚਾਹੁੰਦਾ। ਪਰ ਕਿਉਂਕਿ ਮੂੰਹ ਬੋਲਿਆ ਪੁੱਤਰ ਬਣਾਇਆ, ਪੁੱਛ ਲੈਣਾ ਚਾਹੀਦਾ। ਤੇ ਜਦੋਂ ਭੋਲੇ ਕੋਲ ਆ ਕੇ ਰਾਜੇ ਨੇ ਪੁੱਛਿਆ, ਕਿਉਂ ਬਾਈ ਤੂੰ ਗਰੀਬਾਂ ਨੂੰ ਉਧਾਰ ਦੇ ਕੇ ਕਹਿਣਾ ਬਈ ਜਦੋਂ ਰਾਜਾ ਮਰੇਗਾ ਉਦੋਂ ਮੋੜਾਂਗਾ, ਤੂੰ ਮੈਨੂੰ ਮਾਰਨਾ ਲੋੜਦਾ ਹੈ? ਤੇ ਭੋਲਾ ਕਹਿਣ ਲੱਗਾ ਨਾ ਮੇਰੇ ਪਾਤਸ਼ਾਹ, ਮੈਂ ਤਾਂ ਇਸ ਲਈ ਇਹ ਗੱਲ ਕਹਿੰਦਾ ਕਿ ਜਿਹੜੇ ਗਰੀਬ ਲੈ ਜਾਂਦੇ ਹਨ ਉਧਾਰ, ਉਹ ਜਾ ਕੇ ਆਪਣੇ ਈਸ਼ਵਰ ਅੱਗੇ, ਆਪਣੇ ਭਗਵਾਨ ਅੱਗੇ, ਵਾਹਿਗੁਰੂ ਅੱਗੇ ਅਰਦਾਸਾਂ ਕਰਦੇ ਹਨ, ਹੇ ਨਿਰੰਕਾਰ ਇਹ ਰਾਜਾ ਕਦੇ ਵੀ ਨਾ ਮਰੇ, ਇਹਦੀ ਵੱਡੀ ਆਯੋ ਹੋਵੇ, ਨਾ ਇਹ ਮਰੇ ਤੇ ਨਾ ਸਾਨੂੰ ਉਧਾਰ ਮੋੜਨਾ ਪਵੇ। ਰਾਜਾ ਸੁਣ ਕੇ ਹੈਰਾਨ ਰਹਿ ਗਿਆ, ਚਰਨਾਂ ਵੱਲ ਦੌੜਿਆ ਕਿ ਜੀ ਕਰਦਾ ਮੈਂ ਤੇਰੇ ਪੈਰੀ ਹੱਥ ਲਾ ਲਵਾਂ। ਤੇ ਲਾ ਲਿਆ ਪੈਰੀ ਹੱਥ, ਜਦੋਂ ਤੇ ਵਜ਼ੀਰਾਂ ਨੇ ਫਿਰ ਸਮਾਂ ਤਾਰਿਆ, ਕਹਿਣ ਲੱਗੇ ਕਿਤਨਾ ਹੰਕਾਰਿਆ ਹੋਇਆ, ਦੇਖੋ ਤੁਸੀਂ ਪੈਰੀ ਹੱਥ ਲਾ ਰਹੇ ਸੀ, ਇਸਨੇ ਹੱਥ ਬੋਚਿਆ ਹੀ ਨਹੀਂ। ਰਾਜਾ ਕਹਿਣ ਲੱਗਾ ਕਿਉਂ, ਇਹ ਮੁੱਲ ਖਰੀਦੀ ਗੋਲਿਆ,
ਤੂੰ ਮੈਨੂੰ ਰੋਕ ਲੈਂਦੋ, ਮੈਂ ਤੇਰੇ ਪੈਰੀ ਹੱਥ ਲਾ ਰਿਹਾ ਸੀ। ਤਾਂ ਭੋਲਾ ਕਹਿੰਦਾ, ਮਹਾਰਾਜ ਜਦੋਂ ਇਹ ਸਭ ਕੁਛ ਤੇਰਾ ਹੈ ਤੇ ਮੈਂ ਪੈਰ ਪਿੱਛੇ ਹਟਾ ਲੈਂਦਾ ਤਾਂ ਇਹਦਾ ਮਤਲਬ ਇਹ ਪੈਰ ਮੇਰੇ ਹਨ। ਰਾਜਨ, ਅਸੀਂ ਤਾਂ ਤੇਰੀਆਂ ਖੁਰਸੀਆਂ ਹਾਂ। ਭਾਵੇਂ ਮਾਲਕ ਖੁਰਸੀ ਨੂੰ ਆਪਣੇ ਸਿਰ ਤੇ ਰੱਖ ਲਵੇ ਤੇ ਚਾਹੇ ਉਹਦੇ ਉੱਪਰ ਬੈਠ ਜਾਵੇ, ਖੁਰਸੀ ਕਦੇ ਉਫ ਨਹੀਂ ਕਰਦੀ। ਤੇ ਬਾਬਾ ਜੀ ਬਚਨ ਕਰਿਆ ਕਰਦੇ ਸਨ, ਬਈ ਦੱਸੋ ਹੁਣ ਭੋਲੇ ਦਾ ਹਿਸਾਬ ਹੋਵੇਗਾ। ਮਹਾਰਾਜ ਦਾ ਲੱਥਾ ਹੋਇਆ ਪਾਉਂਦਾ ਹੈ, ਛਕਿਆ ਹੋਇਆ ਭੋਜਨ ਛਕਦਾ ਹੈ, ਉਹਦੇ ਹੁਕਮ ਵਿੱਚ ਚੱਲ ਰਿਹਾ, ਕੋਈ ਰਾਜ ਮਦ ਉਹਦੇ ਅੰਦਰ ਨਹੀਂ ਆਇਆ, ਕਿਆ ਦਰਗਾਹ ਵਿੱਚ ਹਿਸਾਬ ਹੋਵੇਗਾ। ਇਸੇ ਤਰ੍ਹਾਂ ਗੁਰੂ ਕੇ ਸਿੱਖ ਦਾ ਪਿਆਰ ਹੋਵੇ ਗੁਰੂ ਦੇ ਚਰਨਾਂ ਨਾਲ, ਤੇ ਫਿਰ ਸਿੱਖ ਜਿਉਂਦਿਆਂ ਮੁਕਤੀ ਨੂੰ ਪ੍ਰਾਪਤ ਹੁੰਦਾ ਹੈ। ਇਸ ਲਈ ਹਜ਼ੂਰ ਕਹਿ ਰਹੇ ਹਨ ਕਿ ਸਦਾ ਬਾਈ ਤੁਸੀਂ ਨਾਮ ਮੰਗੋ, ਇੱਕ ਨਾਮ ਗੁਰੂ ਕੋਲ ਮੰਗ ਲੈ, ਸਾਰੇ ਸੁੱਖ ਮਿਲ ਜਾਣਗੇ। ਇੱਕ ਨਾਮ ਗੁਰੂ ਕੋਲ ਮੰਗ ਲੈ, ਸਾਰੇ ਸੁੱਖ ਮਿਲ ਜਾਣਗੇ। ਵਾਹਿਗੁਰੂ ਨਾਮ ਗੁਰੂ ਕੋਲ ਮੰਗ ਲੈ, ਸਾਰੇ ਸੁੱਖ ਮਿਲ ਜਾਣਗੇ। ਇੱਕ ਨਾਮ ਗੁਰੂ ਕੋਲ ਮੰਗ ਲੈ, ਸਾਰੇ ਸੁੱਖ ਮਿਲ ਜਾਣਗੇ। ਇੱਕ ਨਾਮ ਗੁਰੂ ਕੋਲ ਮੰਗ ਲੈ, ਸਾਰੇ ਸੁੱਖ ਮਿਲ ਜਾਣਗੇ। ਜਸ ਲੋਕ ਪਰਲੋਕ ਦਾ ਖਟਣਾ ਸੀ, ਜਸ ਲੋਕ ਪਰਲੋਕ ਦਾ ਖਟਣਾ ਸੀ, ਜਸ ਲੋਕ ਪਰਲੋਕ ਦਾ ਖਟਣਾ ਸੀ। ਨਿਮ ਚੱਲਣਾ ਮਿੱਠਾ ਬੋਲਣਾ ਸੀ, ਦਿੱਤਾ ਗੁਰੂ ਉਹ ਵੰਡ ਕੇ ਛਕਣਾ ਸੀ, ਦਿੱਤਾ ਗੁਰੂ ਉਹ ਵੰਡ ਕੇ ਛਕਣਾ ਸੀ, ਦਿੱਤਾ ਗੁਰੂ। ਤੇਰੀ ਦੇਹ ਅਨਿਤ ਨਾ ਨਿਤ ਰਹਿਣੀ, ਤਰ
ਬੰਦਿਆ ਤੂੰ ਕਾਲੇ ਲਿਖਣਾ ਲੇਖ 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 ਬੰਦਿਆ ਅੰਸ ਹੈ ਉਸ ਪਰਮੇਸ਼ਰ ਦੀ ਕੀ ਕਰਨਾ ਪਿਆ ਜਰਾ ਦੇਖ ਬੰਦਿਆ ਤੂੰ ਕਾਲੇ ਲਿਖਣਾ ਲੇਖ 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 ਬੰਦਿਆ ਲਿਖਣਾ ਲੇਖ ਬੰਦਿਆ ਤੂੰ ਕਾਲੇ ਲਿਖਣਾ ਲੇਖ ਬੰਦਿਆ ਤੂੰ ਕਾਲੇ ਲਿਖਣਾ ਲੇਖ ਬੰਦਿਆ ਤੂੰ ਕਾਲੇ ਲਿਖਣਾ ਲੇਖ ਬੰਦਿਆ ਅੰਸ ਹੈ ਉਸ ਪਰਮੇਸ਼ਰ ਦੀ ਕੀ ਕਰਨਾ ਪਿਆ ਜਰਾ ਦੇਖ ਬੰਦਿਆ ਤੂੰ ਕਾਲੇ ਲਿਖਣਾ ਲੇਖ 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 ਬੰਦਿਆ ਜੇ ਤੂੰ ਆਪ ਨੂੰ ਆਲਮ ਜਾਣਦਾ ਏ ਹਿਰਦੇ ਵਿੱਚ ਜਾਤੀ ਪਾਇਆ ਕਰ ਹਿਰਦੇ ਵਿੱਚ ਜਾਤੀ ਪਾਇਆ ਕਰ ਹਿਰਦੇ ਵਿੱਚ ਜਾਤੀ ਪਾਇਆ ਕਰ ਨਾ ਕਿਸੇ ਦੇ ਔਗਣ ਤੱਕਿਆ ਕਰ ਨਜ਼ਰ ਆਪਣੇ ਗੁਨਾਹ ਤੇ ਪਾਇਆ ਕਰ ਨਜ਼ਰ ਆਪਣੇ ਗੁਨਾਹ ਤੇ ਪਾਇਆ ਕਰ ਨਜ਼ਰ ਆਪਣੇ ਗੁਨਾਹ ਤੇ ਪਾਇਆ ਕਰ ਅਸੀਂ ਕਿਸੇ ਨੂੰ ਵੇਖ ਕੇ ਕੀ ਲੈਣਾ ਅਸੀਂ ਕਿਸੇ ਨੂੰ ਵੇਖ ਕੇ ਕੀ ਲੈਣਾ ਤੂੰ ਮਨ ਦੀ ਪੱਤਰੀ ਵੇਖ ਬੰਦਿਆ ਤੂੰ ਕਾਲੇ ਲਿਖਣਾ ਲੇਖ ਬੰਦਿਆ ਤੂੰ ਕਾਲੇ ਲਿਖਣਾ ਲੇਖ ਬੰਦਿਆ ਤੂੰ ਕਾਲੇ ਲਿਖਣਾ ਲੇਖ ਬੰਦਿਆ ਤੂੰ ਬਾਬਾ ਫਰੀਦ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਅੰਕਿਤ ਹੈ ਆਪ ਕਹਿੰਦੇ ਹਨ ਜੇ ਤੂੰ ਅਕਲ ਲਤੀਫ ਤਾਂ ਕਾਲੇ ਲਿਖ ਨਾ ਲੇਖ ਉਸ ਰੱਬ ਕੋਲੋਂ ਡਰ
ਉਸ ਨਿਰੰਕਾਰ ਦੀ ਸ੍ਰਿਸ਼ਟੀ ਵਿੱਚ ਆ ਕੇ ਕੋਈ ਕਾਲੇ ਲੇਖ ਲਿਖ ਕੇ ਨਾ ਜਾਵੇ ਜੋ ਤੇਰੀ ਆਤਮਾ ਵੀ ਕਲੰਕਿਤ ਹੋ ਜਾਵੇ। ਜਦੋਂ ਰੱਬ ਦੇ ਘਰ ਜਾਵੇ ਤੇ ਉੱਥੇ ਵੀ ਤੈਨੂੰ ਸ਼ਰਮਿੰਦਿਆ ਹੋਣਾ ਪਵੇ, ਕਿਉਂਕਿ ਕਲਯੁਗੀ ਜੀਵਾਂ ਦੀ ਇਹ ਆਦਤ ਹੈ ਆਪਣੇ ਗੁਨਾਹ ਨੂੰ ਪਿੱਠ ਪਿੱਛੇ ਬੰਨ ਰੱਖਣਾ, ਦੂਸਰਿਆਂ ਦੇ ਗੁਨਾਹ ਦੀਆਂ ਪੰਡਾਂ ਆਪਣੇ ਸਿਰ ਤੇ ਰੱਖ ਲੈਣੀਆਂ, ਖਾ ਮਖਾ ਇਹ ਭਾਰ ਚੁੱਕੀ ਫਿਰਨਾ, ਕਿਸੇ ਦੀ ਨਿੰਦਿਆ, ਕਿਸੇ ਦੀ ਚੁਗਲੀ, ਕਿਸੇ ਦਾ ਬੁਰਾ, ਕਿਸੇ ਨੂੰ ਕੁਝ, ਕਿਸੇ ਨੂੰ ਕੁਝ, ਐਸੀ ਕਰਨੀ ਕਰਕੇ ਨਾ ਜਾਵੀਂ। ਜੇ ਤੇਰਾ ਜੀ ਕਰੇ ਗੁਨਾਹ ਵੇਖਣ ਨੂੰ ਤਾਂ ਆਪਣੇ ਅੰਦਰ ਜਾਤੀ ਪਾਇਆ ਕਰ। ਜੇ ਸਿਫਤ ਕਰਨ ਨੂੰ ਜੀ ਕਰੇ ਤਾਂ ਉਸ ਪਰਮੇਸ਼ਰ ਦੇ ਗੁਣ ਗਾਇਆ ਕਰ। ਜੋ ਵਾਹਿਗੁਰੂ ਨੇ ਅਮੋਲਕ ਸਵਾਸ ਸਾਨੂੰ ਦਿੱਤੇ ਹਨ, ਇਹ ਨਾਮ ਦਾ ਵਣਜ ਕਰਨ ਲਈ, ਸੱਚ ਦਾ ਵਣਜ ਕਰਨ ਲਈ ਅਸੀਂ ਆਏ ਹਾਂ। ਐਸਾ ਨਾ ਹੋਵੇ ਕਿ ਸਭ ਕੁਛ ਗੁਆ ਕੇ ਚਲੇ ਜਾਈਏ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਇੱਕ ਪ੍ਰੇਮੀ ਆਇਆ, ਮਹਾਰਾਜ ਬੜਾ ਯਤਨ ਕਰੀਦਾ ਫਿਰ ਵੀ ਝੂਠ ਬੋਲਿਆ ਜਾਂਦਾ, ਕੋਈ ਕਿਰਪਾ ਕਰੋ, ਕੋਈ ਉਪਾਅ ਦੱਸੋ, ਕਿਉਂਕਿ ਕਲਯੁਗੀ ਜੀਵ ਹਾਂ, ਜਿਹੜੀ ਗੱਲ ਵੀ ਕਰਦੇ ਹਾਂ ਉਹਦੇ ਨਾਲ ਵੀ ਕੂੜ ਦੀ ਲੱਭ ਲੱਗੀ ਹੁੰਦੀ ਹੈ। ਤਾਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇਸ ਪ੍ਰੇਮੀ ਨੂੰ ਕਹਿਣ ਲੱਗੇ, ਭਾਈ ਤੂੰ ਆਪਣੇ ਪਾਸ ਡਾਇਰੀ ਰੱਖਿਆ ਕਰ, ਤੇ ਜਦੋਂ ਵੀ ਝੂਠ ਬੋਲੇ ਇਸ ਵਿੱਚ ਅੰਕਿਤ ਕਰ ਲਿਆ ਕਰ, ਤੇ ਯਤਨ ਕਰ ਇਸ ਨੂੰ ਘੱਟ ਕਰਨ ਦਾ, ਗੁਰੂ ਕਿਰਪਾ ਕਰੇਗਾ। ਇਸਨੇ ਆਪਣੇ ਪਾਸ ਡਾਇਰੀ ਰੱਖ ਲਈ, ਜਦੋਂ ਝੂਠ ਬੋਲੇ ਵਿੱਚ ਲਿਖ ਲੈਂਦਾ, ਜਦੋਂ ਝੂਠ ਬੋਲਦਾ ਲਿਖ ਲੈਂਦਾ, ਤੇ ਬੜੀ ਆਪਣੇ ਮਨ ਨੂੰ ਸ਼ਰਮ ਆਈ, ਮਨਾ ਤੂੰ ਗੁਰੂ ਕਾ ਸਿੱਖ ਹੈ ਔਰ ਗੁਰੂ ਨੇ ਤੈਨੂੰ ਸੱਚ ਦਾ ਮਾਰਗ ਦੱਸਿਆ। ਜਿਉਂ ਜਿਉਂ ਇਸਨੇ ਝੂਠ ਘਟਾਉਣੇ ਸ਼ੁਰੂ ਕੀਤੇ, ਯਤਨ ਕੀਤਾ, ਕਿਉਂਕਿ ਇਸ ਹਿਰਦੇ ਵਿੱਚ ਵੀ ਅਸੀਂ ਜਾਗਦੇ ਰਹਿਣਾ। ਮਾੜੇ ਕਰਮ ਉਦੋਂ ਹੀ ਹੁੰਦੇ ਹਨ ਜਦੋਂ ਸਾਡੀ ਸੁਰਤ ਸੌਂ ਜਾਂਦੀ ਹੈ, ਬਈ ਸਾਨੂੰ ਕੌਣ ਵੇਖ ਰਿਹਾ, ਕੋਈ ਕੀ ਮੇਰਾ ਵਿਗਾੜ ਲਏਗਾ। ਇਸ ਲਈ ਬਾਬਾ ਫਰੀਦ ਕਹਿੰਦੇ ਨੇ, ਜੇ ਤੂੰ ਅਕਲ ਲਤੀਫ ਤਾਂ ਕਾਲੇ ਲਿਖ ਨਾ ਲੇਖ, ਆਪ ਨੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਜਿਨ੍ਹਾਂ ਕੰਮਾਂ ਵਿੱਚ ਗੁਣ ਨਹੀਂ ਉਹ ਕੰਮ ਨਾ ਕਰ, ਐਸਾ ਨਾ ਹੋਵੇ ਤੇਰੀ ਆਤਮਾ ਕਲੰਕਿਤ ਹੋ ਜਾਵੇ, ਇੱਥੇ ਵੀ ਤੇਰੇ ਤੋਂ ਲੋਭ ਨਫ਼ਰਤ ਕਰਨ, ਤੇ ਜਦੋਂ ਨਿਰੰਕਾਰ ਦੇ ਦਰਬਾਰ ਜਾਵੇ ਉੱਥੇ ਵੀ ਸ਼ਰਮਿੰਦਗੀ ਉਠਾਉਣੀ ਪਵੇ। ਹਜ਼ੂਰ ਕਹਿੰਦੇ ਹਨ ਕਿ ਤੂੰ ਐਸੀ ਕਰਨੀ ਕਮਾਈ ਕਰਕੇ ਜਾ ਕੇ ਇੱਥੇ ਵੀ ਤੇਰਾ ਆਦਰ ਹੋਵੇ ਤੇ ਦਰਗਾਹ ਵਿੱਚ ਵੀ ਤੇਰਾ ਆਦਰ ਹੋਵੇ। ਤੇ ਕਿਹਨਾਂ ਦਾ ਹੁੰਦਾ ਜਿਹੜੇ ਕਾਲੇ ਲਿਖ ਲੇਖ ਕੇ ਨਹੀਂ ਜਾਂਦੇ, ਹਰ ਵੇਲੇ ਉਸ ਮਾਲਕ ਦੇ ਨਿਰਮਲ ਭਾਉ ਵਿੱਚ ਆਪਣਾ ਜੀਵਨ ਬਿਤਾਉਂਦੇ ਹਨ। ਜੇ ਤੂੰ ਆਪ ਨੂੰ ਆਲਮ ਸਮਝਦਾ ਏ, ਹਿਰਦੇ ਵਿੱਚ ਜਾਤੀ ਪਾਇਆ ਕਰ, ਹਿਰਦੇ ਵਿੱਚ ਜਾਤੀ ਪਾਇਆ ਕਰ, ਹਿਰਦੇ ਵਿੱਚ ਜਾਤੀ ਪਾਇਆ ਕਰ।
ਨਜ਼ਰ ਆਪਣੇ ਗੁਨਾ ਤੇ ਪਾਇਆ ਕਰ, ਨਜ਼ਰ ਆਪਣੇ ਗੁਨਾ ਤੇ ਪਾਇਆ ਕਰ, ਨਜ਼ਰ ਆਪਣੇ ਗੁਨਾ ਤੇ ਪਾਇਆ ਕਰ। ਅਸੀਂ ਕਿਸੇ ਨੂੰ ਵੇਖ ਕੇ ਕੀ ਲੈਣਾ, ਅਸੀਂ ਕਿਸੇ ਨੂੰ ਵੇਖ ਕੇ ਕੀ ਲੈਣਾ, ਤੂੰ ਮਨ ਦੀ ਪੱਤਰੀ ਵੇਖ ਬੰਦਿਆ, ਤੂੰ ਕਾਲੇ ਲਿਖਣਾ ਲੇਖ ਬੰਦਿਆ, ਤੂੰ ਕਾਲੇ ਲਿਖਣਾ ਲੇਖ ਬੰਦਿਆ, ਕਾਲੇ ਲਿਖਣਾ ਲੇਖ ਬੰਦਿਆ, ਤੂੰ ਕਾਲੇ ਲਿਖਣਾ ਲੇਖ ਬੰਦਿਆ। ਜਿਵੇਂ ਬਿਰਖ ਦੀ ਛਾਇਆ ਬਿਨਸ ਦੀਏ, ਤੂੰ ਵੀ ਹੈ ਇੱਕ ਦਿਨ ਬਿਨਸ ਜਾਣਾ, ਤੂੰ ਵੀ ਹੈ ਇੱਕ ਦਿਨ ਬਿਨਸ ਜਾਣਾ, ਤੂੰ ਵੀ ਹੈ ਇੱਕ ਦਿਨ ਬਿਨਸ ਜਾਣਾ। ਜਲ ਵਗਦਾ ਨਦੀ ਤੋਂ ਮੁੜਦਾ ਨਹੀਂ, ਤੇਰੇ ਸਵਾਸਾਂ ਐਵੇਂ ਰੁੜ ਜਾਣਾ, ਤੇਰੇ ਸਵਾਸਾਂ ਐਵੇਂ ਰੁੜ ਜਾਣਾ, ਤੇਰੇ ਸਵਾਸਾਂ ਲੇਖ ਬੰਦਿਆ, ਤੂੰ ਕਾਲੇ ਲਿਖਣਾ ਲੇਖ ਬੰਦਿਆ, ਕਾਲੇ ਲਿਖਣਾ ਲੇਖ ਬੰਦਿਆ, ਤੂੰ ਕਾਲੇ ਲਿਖਣਾ ਲੇਖ ਬੰਦਿਆ, ਤੂੰ ਕਾਲੇ ਲਿਖਣਾ ਲੇਖ ਬੰਦਿਆ, ਤੂੰ ਕਾਲੇ ਲਿਖਣਾ ਲੇਖ ਬੰਦਿਆ, ਕਾਲੇ ਲਿਖਣਾ ਲੇਖ ਬੰਦਿਆ, ਤੂੰ ਕਾਲੇ ਲਿਖਣਾ ਲੇਖ ਬੰਦਿਆ। ਤੂੰ ਅੰਸ ਹੈ ਉਸ ਪਰਮੇਸ਼ਰ ਦੀ, ਕੀ ਕਰਨਾ ਪਿਆ ਜਰਾ ਵੇਖ ਬੰਦਿਆ, ਤੂੰ ਕਾਲੇ ਲਿਖਣਾ ਲੇਖ ਬੰਦਿਆ, ਤੂੰ ਕਾਲੇ ਲਿਖਣਾ ਲੇਖ ਬੰਦਿਆ, ਕਾਲੇ ਲਿਖਣਾ ਲੇਖ ਬੰਦਿਆ, ਤੂੰ ਕਾਲੇ ਲਿਖਣਾ ਲੇਖ ਬੰਦਿਆ। ਜੀਵਨ ਦੀ ਬਾਜੀ ਜਿੱਤਣੇ ਲਈ ਸੰਗਤਾਂ ਦੀ ਸੇਵਾ ਕਰਿਆ ਕਰ, ਸੰਗਤਾਂ ਦੀ ਸੇਵਾ ਕਰਿਆ ਕਰ, ਸੰਗਤਾਂ ਦੀ ਸੇਵਾ ਕਰਿਆ ਕਰ। ਮਨ ਮਾਂਜਣ ਲਈ ਤੂੰ ਸੰਗਤਾਂ ਦੇ ਝੂਠੇ ਬਰਤਨ ਸਾਫ ਤੂੰ ਕਰਿਆ ਕਰ, ਝੂਠੇ ਬਰਤਨ ਸਾਫ ਤੂੰ ਕਰਿਆ ਕਰ, ਝੂਠੇ ਬਰਤਨ ਸਾਫ ਤੂੰ ਕਰਿਆ ਕਰ। ਤੂੰ ਕਾਲੇ ਲਿਖਣਾ ਲੇਖ ਬੰਦਿਆ, 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 ਕਾਲੇ
ਲਿਖ ਨਾ ਲੇਖ ਬੰਦਿਆ, ਕਾਲੇ ਲਿਖ ਨਾ ਲੇਖ ਬੰਦਿਆ, ਤੂੰ ਕਾਲੇ ਲਿਖ ਨਾ ਲੇਖ ਬੰਦਿਆ। ਤੇਰੀ ਚੜ੍ਹਦੀ ਕਲਾ ਰਹੇ ਸਦਾ ਸਦਾ, ਸਰਬੱਤ ਦਾ ਭਲਾ ਤੂੰ ਮੰਗਿਆ ਕਰ, ਸਰਬੱਤ ਦਾ ਭਲਾ ਤੂੰ ਮੰਗਿਆ ਕਰ, ਸਰਬੱਤ ਦਾ ਭਲਾ ਤੂੰ ਮੰਗਿਆ ਕਰ। ਦੁਖੀਆਂ ਦੇ ਦੁੱਖ ਦਰਦ ਵੰਡ ਕੇ ਈਸ਼ਵਰ ਭਗਤੀ ਨਾਲ ਜੁੜਿਆ ਕਰ, ਈਸ਼ਵਰ ਭਗਤੀ ਨਾਲ ਜੁੜਿਆ ਕਰ, ਈਸ਼ਵਰ ਭਗਤੀ ਨਾਲ ਜੁੜਿਆ ਕਰ। ਭਵ ਸਾਗਰ ਤਰੇ ਅਨੇਕ ਬੰਦਿਆ, ਤੂੰ ਕਾਲੇ ਲਿਖ ਨਾ ਲੇਖ ਬੰਦਿਆ, ਤੂੰ ਕਾਲੇ ਲਿਖ ਨਾ ਲੇਖ ਬੰਦਿਆ, ਕਾਲੇ ਲਿਖ ਨਾ ਲੇਖ ਬੰਦਿਆ, ਤੂੰ ਕਾਲੇ ਲਿਖ ਨਾ ਲੇਖ ਬੰਦਿਆ। ਤੂੰ ਅੰਸ਼ ਹੈ ਉਸ ਪਰਮੇਸ਼ਰ ਦੀ, ਤੂੰ ਅੰਸ਼ ਹੈ ਉਸ ਪਰਮੇਸ਼ਰ ਦੀ, ਕੀ ਕਰਨਾ ਪਿਆ ਜਰਾ ਦੇਖ ਬੰਦਿਆ, ਤੂੰ ਕਾਲੇ ਲਿਖ ਨਾ ਲੇਖ ਬੰਦਿਆ, ਤੂੰ ਕਾਲੇ ਲਿਖ ਨਾ ਲੇਖ ਬੰਦਿਆ, ਕਾਲੇ ਲਿਖ ਨਾ ਲੇਖ ਬੰਦਿਆ, ਤੂੰ ਕਾਲੇ ਲਿਖ ਨਾ ਲੇਖ ਬੰਦਿਆ। ਦਾ ਗੁਰੂ ਨਾਨਕ ਉਹਦੇ ਨਾਮ ਜਹਾਜ਼ ਤੇ ਚੜ੍ਹਨਾ ਏ, ਉਹਦੇ ਨਾਮ ਜਹਾਜ਼ ਤੇ ਚੜ੍ਹਨਾ ਏ, ਉਹਦੇ ਨਾਮ ਜਹਾਜ਼ ਤੇ ਚੜ੍ਹਨਾ ਏ। ਹਰ ਜੀ ਨੂੰ ਜਪੀਏ ਹਰ ਵੇਲੇ, ਹਰ ਜੀ ਨੂੰ ਜਪੀਏ ਹਰ ਵੇਲੇ, ਸਦਾ ਕਰਦੇ ਰਹੀਏ ਆਦੇਸ਼ ਬੰਦਿਆ, ਤੂੰ ਕਾਲੇ ਲਿਖ ਨਾ ਲੇਖ ਬੰਦਿਆ, ਤੂੰ ਕਾਲੇ ਲਿਖ ਨਾ ਲੇਖ ਬੰਦਿਆ, ਕਾਲੇ ਲਿਖ ਨਾ ਲੇਖ ਬੰਦਿਆ, ਤੂੰ ਕਾਲੇ ਲਿਖ ਨਾ ਲੇਖ ਬੰਦਿਆ, ਤੂੰ ਕਾਲੇ ਲਿਖ ਨਾ ਲੇਖ ਬੰਦਿਆ, ਤੂੰ ਕਾਲੇ ਲਿਖ ਨਾ ਲੇਖ ਬੰਦਿਆ, ਕਾਲੇ ਲਿਖ ਨਾ ਲੇਖ ਬੰਦਿਆ, ਤੂੰ ਕਾਲੇ ਲਿਖ ਨਾ ਲੇਖ ਬੰਦਿਆ। ਬਾਬਾ ਫਰੀਦ ਇੱਕ ਨਗਰ ਵਿੱਚੋਂ ਲੰਘ ਰਹੇ ਸਨ ਤੇ ਕੀ ਤੱਕਿਆ, ਇੱਕ ਸ਼ਾਹੂਕਾਰ ਆਪਣੇ ਨੌਕਰ ਨੂੰ ਬੜਾ ਮਾਰ ਰਿਹਾ। ਪੁੱਛਿਆ, ਕਿਉਂ ਮਾਰ ਰਹੇ ਹੋ? ਕਹਿਣ ਲੱਗਾ, ਇਸ ਨੇ ਪਲੰਗ ਤੇ ਵਿਛਾਈ ਠੀਕ ਨਹੀਂ ਕੀਤੀ, ਵਿਛਾਈ ਵਿੱਚ ਵੱਟ ਹੋਣ ਕਰਕੇ ਮੈਨੂੰ ਰਾਤ ਨੂੰ ਨੀਂਦ ਨਹੀਂ ਆਈ, ਇਸ ਲਈ ਇਸ ਨੂੰ ਮਾਰ ਰਹੇ। ਰੱਬ ਦੇ ਰੰਗ ਵਿੱਚ ਰੱਤੇ
ਬਾਬਾ ਫਰੀਦ ਅੱਗੇ ਤੁਰ ਪਏ। ਸਮਾਂ ਪਾ ਕੇ ਬਾਬਾ ਫਰੀਦ ਕਬਰਸਤਾਨ ਵਿੱਚ ਬੈਠੇ ਸਨ। ਨੇੜੇ ਹੀ ਮ੍ਰਿਤਕ ਸਰੀਰ ਦਫਨਾਉਣ ਲਈ ਲੋਕ ਇਕੱਠੇ ਹੋ ਗਏ। ਪਤਾ ਲੱਗਿਆ ਕਿ ਉਹੀ ਸ਼ੇਖ ਜਿਹੜਾ ਬੜਾ ਹੰਕਾਰੀ ਸੀ, ਬੜੇ ਕੂੜ ਕੁਸੱਤ ਦੀ ਮਾਇਆ ਇਕੱਠੀ ਕਰਕੇ ਹੰਕਾਰਿਆ ਗਿਆ ਸੀ, ਉਹ ਗੁਜ਼ਰ ਗਿਆ। ਉਹਨੂੰ ਦਫਨਾਉਣ ਲਈ ਲੋਕ ਆਏ। ਬਾਬਾ ਫਰੀਦ ਜੀ ਵੇਖ ਕੇ ਹੈਰਾਨ ਹੋ ਗਏ ਕਿ ਜੋ ਆਪਣੇ ਨੌਕਰ ਨੂੰ ਵਿਛਾਈ ਵਿੱਚ ਵੱਟ ਹੋਣ ਕਰਕੇ ਜਿਸ ਨੇ ਬੜਾ ਮਾਰਿਆ ਸੀ, ਜਿਹੜਾ ਮਖਮਲੀ ਗੱਦਿਆਂ ਤੇ ਸੌਂਦਾ ਸੀ, ਅੱਜ ਉਸਦੇ ਸਿਰ ਤਲੇ ਇੱਟ ਦਾ ਸਿਰਾਣਾ ਦਿੱਤਾ ਜਾ ਰਿਹਾ। ਉਹਨੂੰ ਕਬਰ ਵਿੱਚ ਪਾ ਕੇ ਇੱਟ ਦਾ ਸਿਰਾਣਾ ਦਿੱਤਾ ਗਿਆ ਤੇ ਮੂੰਹ ਦੇ ਉੱਤੇ ਮਿੱਟੀ ਪਾਈ ਗਈ। ਪਤਾ ਨਹੀਂ ਕਿਤਨੇ ਯੁੱਗ ਹੁਣ ਇਹ ਇੱਥੇ ਰਹੇਗਾ। ਤੇ ਬਾਬਾ ਫਰੀਦ ਜੀ ਬਾਣੀ ਵਿੱਚ ਫਰਮਾ ਰਹੇ ਹਨ ਕਿ ਫਰੀਦਾ ਇੱਟ ਸਿਰਾਣੇ ਹੋਏ ਸਮਨ, ਕੀੜਾ ਲੜਿਓ ਮਾਸ, ਇਤੜਿਆਂ ਯੁੱਗ ਵਾਪਰੇ ਇਕਤ ਪਿਆ ਪਾਸ। ਪਤਾ ਨਹੀਂ ਇਸਨੇ ਹੁਣ ਪਾਸਾ ਵੀ ਪਰਤਣਾ ਕਈ ਯੁੱਗ ਕੇ ਨਹੀਂ ਪਰਤਣਾ, ਔਰ ਕੀੜਿਆਂ ਨੇ ਨੋਚ ਨੋਚ ਕੇ ਇਸਦਾ ਮਾਸ ਖਾ ਜਾਣਾ। ਕਿੱਡਾ ਸੋਹਣਾ ਮਨੁੱਛਾ ਜਨਮ ਪ੍ਰਾਪਤ ਹੋਇਆ ਸੀ ਜੇ ਸੇਵਾ ਸਿਮਰਨ ਪਰਉਪਕਾਰੀ ਜੀਵਨ ਬਿਤਾ ਜਾਂਦਾ। ਲੋਕ ਸੇਵਾ ਕਰਕੇ ਜਾਂਦਾ ਤਾਂ ਦਰਗਾਹ ਵਿੱਚ ਇਸਨੂੰ ਥਾਂ ਮਿਲਦੀ, ਇਹਦਾ ਆਉਣਾ ਸਫਲ ਹੋ ਜਾਂਦਾ। ਪਰ ਇਸਨੇ ਕੋਈ ਚੰਗਾ ਕਰਮ ਨਹੀਂ ਕੀਤਾ। ਬਾਬਾ ਫਰੀਦ ਆਪਣੇ ਮਨ ਨੂੰ ਕਹਿਣ ਲੱਗੇ, ਉਹ ਮੇਰੇ ਮਨ ਆ ਵੇਖ ਲੈ, ਮਖਮਲੀ ਗੱਦਿਆਂ ਤੇ ਸੌਣ ਵਾਲਾ ਅੱਜ ਭੋਏ ਤੇ ਲੇਟਿਆ ਹੋਇਆ, ਇੱਟ ਦਾ ਸਿਰਾਣਾ ਲੈ ਕੇ ਸੁੱਤਾ ਹੋਇਆ। ਪਤਾ ਨਹੀਂ ਕਿੰਨੇ ਯੁੱਗ ਪਿਆ ਰਹੇ, ਕੀੜਿਆਂ ਨੇ ਹੀ ਖਾ ਜਾਣਾ ਹੈ। ਇਸ ਲਈ ਹੰਕਾਰ ਨਾ ਕਰੀ, ਅੰਮ੍ਰਿਤ ਵੇਲੇ ਜਾਗ ਕੇ ਉਸ ਪ੍ਰਭੂ ਦੀ ਭਗਤੀ ਕਰ। ਸੌਣ ਦਾ ਸਮਾਂ ਬਹੁਤ ਪਿਆ, ਵੇਖਿਆ ਜਾਏ ਤਾਂ ਥੋੜਾ ਜਿਹਾ ਜੀਵਨ ਹੈ ਮਨੁੱਖ ਦਾ। ਜੇ ਅੰਮ੍ਰਿਤ ਵੇਲੇ ਜਾਗ ਕੇ ਪਰਮੇਸ਼ਰ ਦਾ ਭਜਨ ਕਰੇ, ਸਿਮਰਨ ਕਰੇ, ਸੇਵਾ ਕਰੇ, ਕਿਉਂਕਿ ਫਿਰ ਪਤਾ ਨਹੀਂ ਕਿਤਨੇ ਯੁੱਗ ਸੁੱਤਾ ਹੀ ਰਹਿਣਾ ਹੈ ਇਸ ਨੂੰ। ਆ ਥੋੜਾ ਜਿਹਾ ਸਮਾਂ ਹੈ, ਉਸ ਪ੍ਰਭੂ ਦਾ ਨਾਮ ਜਪ ਕੇ ਆਪਣਾ ਜੀਵਨ ਸਫਲ ਕਰ ਲਈਏ। ਇਹ ਵੇਲਾ ਫਿਰ ਹੱਥ ਨਹੀਂ ਆਏਗਾ। ਬਾਬਾ ਫਰੀਦ ਕਹਿੰਦੇ ਨੇ, ਐ ਮੇਰੇ ਮਨ, ਤੂੰ ਕਾਲੇ ਲੇਖ ਲਿਖ ਕੇ ਨਾ ਜਾ, ਇਹ ਜਗਤ ਮੁਸਾਫਰ ਖਾਨਾ ਹੈ। ਇਸ ਮੁਸਾਫਰ ਖਾਨੇ ਵਿੱਚ ਕੋਈ ਚੰਗੀ ਤਸਵੀਰ ਲਾ ਕੇ, ਕੋਈ ਮਿਸਾਲ ਪੈਦਾ ਕਰਕੇ ਜਾ, ਆਉਣ ਵਾਲਾ ਮੁਸਾਫਰ ਤੇਰੀ ਤਾਰੀਫ ਕਰੇ। ਇਸ ਲਈ ਤੂੰ ਕਾਲੇ ਲਿਖ ਨਾ ਲੇਖ ਬੰਦਿਆ, ਤੂੰ ਕਾਲੇ ਲਿਖ ਨਾ ਲੇਖ ਬੰਦਿਆ, ਕਾਲੇ ਲਿਖ ਨਾ ਲੇਖ ਬੰਦਿਆ, ਤੂੰ ਕਾਲੇ ਲਿਖ ਨਾ ਲੇਖ ਬੰਦਿਆ, ਤੂੰ ਕਾਲੇ ਲਿਖ ਨਾ ਲੇਖ ਬੰਦਿਆ, ਤੂੰ ਕਾਲੇ ਲਿਖ ਨਾ ਲੇਖ ਬੰਦਿਆ, ਕਾਲੇ ਲਿਖ ਨਾ ਲੇਖ ਬੰਦਿਆ, ਤੂੰ ਕਾਲੇ ਲਿਖ ਨਾ ਲੇਖ ਬੰਦਿਆ, ਤੂੰ ਅੰਸ਼ ਹੈ ਉਸ ਪਰਮੇਸ਼ਰ ਦੀ, ਤੂੰ
ਬਸ ਪਰਮੇਸ਼ਰ ਦੀ ਕੀ ਕਰਨਾ ਪਿਆ ਜਰਾ ਦੇਖ ਬੰਦਿਆ ਤੂੰ ਕਾਲੇ ਲਿਖਣਾ ਲੇਖ 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 ਬੰਦਿਆ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਸੰਸਾਰ ਨੂੰ ਉਤਾਰਦੇ ਹੋਏ ਇੱਕ ਜੰਗਲ ਵਿੱਚੋਂ ਵਿਚਰ ਰਹੇ ਹਨ ਤੇ ਬੜਾ ਹੀ ਲੰਬਾ ਸੱਪ ਜਿਹਨੂੰ ਅਜਗਰ ਸੱਪ ਕਿਹਾ ਜਾਂਦਾ ਹੈ ਜਦੋਂ ਮਰਦਾਨੇ ਨੇ ਵੇਖਿਆ ਤਾਂ ਡਰ ਗਿਆ ਮਹਾਰਾਜ ਏਡਾ ਵੱਡਾ ਸੱਪ ਧੰਨ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਡਰ ਨਹੀਂ ਇਸ ਨੂੰ ਉਲਟ ਕੇ ਵੇਖ ਜਦੋਂ ਇਸ ਨੂੰ ਉਲਟ ਕੇ ਵੇਖਿਆ ਤਾਂ ਹਜ਼ਾਰਾਂ ਹੀ ਇਸ ਨੂੰ ਕੀੜੇ ਲੱਗੇ ਹੋਏ ਹਨ ਖਾ ਰਹੇ ਹਨ ਮਹਾਰਾਜ ਇਹ ਨਾ ਜਿਉਂਦਿਆਂ ਵਿੱਚ ਹੈ ਨਾ ਮੋਇਆਂ ਵਿੱਚ ਹੈ ਇਹ ਹਜ਼ਾਰਾਂ ਕੀੜੇ ਇਸ ਨੂੰ ਖਾ ਰਹੇ ਹਨ ਇਹਨੇ ਕੀ ਪਾਪ ਕੀਤਾ ਹੈ ਤਾਂ ਮੇਰਾ ਦੇ ਸਾਈਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਇਸ ਨੇ ਸੰਸਾਰ ਤੇ ਜਾ ਕੇ ਪਖੰਡ ਕੀਤਾ ਧਰਮ ਦੇ ਨਾਂ ਤੇ ਦੁਨੀਆ ਨੂੰ ਲੁੱਟਿਆ ਬੜੀ ਸਿੱਖੀ ਸੇਵਕੀ ਇਸ ਨੇ ਆਪਣੀ ਸਿਆਣਪ ਦੇ ਨਾਲ ਬਣਾ ਤਾਂ ਲਈ ਪਰ ਕਿਸੇ ਦਾ ਕੁਝ ਸਵਾਰਿਆ ਨਹੀਂ ਕਿਸੇ ਨੂੰ ਕੋਈ ਸੱਚ ਦਾ ਰਸਤਾ ਨਹੀਂ ਦੱਸਿਆ ਕਿਸੇ ਨੂੰ ਨਿਰੰਕਾਰ ਨਾਲ ਜੋੜਿਆ ਨਹੀਂ ਇਹ ਪਖੰਡੀ ਹੋਣ ਕਰਕੇ ਇਸ ਨੂੰ ਅਜਗਰ ਸੱਪ ਦੀ ਜੂਨੀ ਮਿਲੀ ਤੇ ਇਹ ਜੋ ਇਸ ਨੂੰ ਤੋੜ ਤੋੜ ਕੇ ਖਾ ਰਹੇ ਹਨ ਤੋੜ ਤੋੜ ਕੇ ਇਹ ਕੀੜੇ ਇਸ ਦੀ ਸਿੱਖੀ ਸੇਵਕੀ ਹੈ ਜੋ ਆਪਣਾ ਬਦਲਾ ਲੈ ਰਹੇ ਹਨ ਮਰਦਾਨਿਆਂ ਸੰਸਾਰ ਤੇ ਜਾ ਕੇ ਸਫਲਾ ਉਹਨਾਂ ਦਾ ਹੀ ਹੁੰਦਾ ਹੈ ਜੋ ਉਸ ਮਾਲਕ ਦੇ ਨਿਰਮਲ ਭਾਉ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕਰਦੇ ਹਨ ਹਰ ਵੇਲੇ ਆਪਣੇ ਵਾਹਿਗੁਰੂ ਨੂੰ ਨਾਲ ਸਮਝਦੇ ਹਨ ਹਰ ਵੇਲੇ ਕੁਝ ਹੋ ਸਕੇ ਤਾਂ ਅਗਲੇ ਦਾ ਭਲਾ ਸੋਚਦੇ ਹਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਪਾਸ ਇੱਕ ਪ੍ਰੇਮੀ ਕੜਾਹ ਪ੍ਰਸ਼ਾਦ ਬਣਾ ਕੇ ਲਿਆਇਆ ਅੰਤਰਜਾਮੀ ਬਾਬਾ ਜੀ ਪਹਿਲਾਂ ਹੀ ਆਪਣੇ ਕਮਰੇ ਤੋਂ ਬਾਹਰ ਆ ਗਏ ਤੇ ਇਸਨੇ ਕੜਾਹ ਪ੍ਰਸ਼ਾਦ ਅੱਗੇ ਰੱਖਿਆ ਤਾਂ ਕਹਿਣ ਲੱਗੇ ਭਾਈ ਇਸ ਬਾਲਟੀ ਦੇ ਉੱਪਰੋਂ ਕੱਪੜਾ ਚੁੱਕ ਜਦੋਂ ਕੱਪੜਾ ਚੁੱਕਿਆ ਤੇ ਬਾਬਾ ਜੀ ਕਹਿਣ ਲੱਗੇ ਭਾਈ ਇਹ ਕੀ ਬਣਾ ਕੇ ਲਿਆਇਆ ਕਿ ਜੀ ਕੜਾਹ ਪ੍ਰਸ਼ਾਦ ਹੈ ਤੇ ਮਹਾਂਪੁਰਖ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਹਿਣ ਲੱਗੇ ਇਹਦੇ ਵਿੱਚ ਤਾਂ ਕਿਸੇ ਗਰੀਬ ਦੀ ਆਤਮਾ ਰੋ ਰਹੀ ਹੈ ਇਹਦੇ ਵਿੱਚੋਂ ਤਾਂ ਕੁਰਲਾਟਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ ਤੂੰ ਕਹਿੰਦਾ ਕੜਾਹ ਪ੍ਰਸ਼ਾਦ ਉਸੇ ਵੇਲੇ ਉਸ ਪ੍ਰੇਮੀ ਨੂੰ ਕਿਹਾ ਦੋਵੇਂ ਕੰਨ ਪਕੜਾਏ ਤੇ ਕਹਿਣ ਲੱਗੇ ਸੱਚ ਦੱਸ ਇਹ ਕਿਸ ਭਾਵਨਾ ਦਾ ਕੜਾਹ ਪ੍ਰਸ਼ਾਦ ਬਣਾ ਕੇ ਲਿਆ ਨਹੀਂ ਤਾਂ ਗੁਰੂ ਨਾਨਕ ਦੇ ਦਰ ਤੇ ਲੇਖਾ ਹੋਵੇਗਾ ਜੇ ਸੱਚ ਨਹੀਂ ਬੋਲੇਗਾ ਤਾਂ ਇਹ ਰੋ ਪਿਆ ਕਹਿਣ ਲੱਗਾ ਜੀ ਕਿਸੇ ਗਰੀਬ ਕੋਲੋਂ 50 ਰੁਪਈਆ ਲੈਣਾ ਸੀ ਉਹ ਦੇ ਨਹੀਂ ਸਕਿਆ ਤੇ ਮੈਂ 50 ਦੇ ਨਾਲ ਇੱਕ ਬਿੰਦੂ ਹੋਰ ਲਾ ਕੇ 500 ਦਾ ਮੁਕੱਦਮਾ ਕੀਤਾ ਸੀ ਤੇ
ਨਾਲੇ ਅਰਦਾਸ ਕੀਤੀ ਸੀ ਬਈ ਬਾਬਾ ਜੀ ਤੁਹਾਡੇ ਠਾਠ ਵਿੱਚ ਕੜਾ ਪ੍ਰਸਾਦ ਦੀ ਦੇਗ ਲਿਆਵਾਂਗਾ ਜੇ ਮੈਂ ਮੁਕੱਦਮਾ ਜਿੱਤ ਜਾਵਾਂਗਾ। ਤੇ ਪ੍ਰਭੂ ਦੀ ਨੇਤ ਨਾਲ ਮੈਂ ਮੁਕੱਦਮਾ ਜਿੱਤ ਲਿਆ। ਉਸ ਗਰੀਬ ਨੇ ਮਕਾਨ ਵੇਚ ਕੇ ਮੈਨੂੰ ਪੈਸੇ ਦਿੱਤੇ ਤੇ ਉਹਨਾਂ ਪੈਸਿਆਂ ਵਿੱਚੋਂ ਮੈਂ ਇਹ ਪ੍ਰਸਾਦ ਲਿਆਇਆ। ਤੇ ਮਹਾਂਪੁਰਖ ਕਹਿਣ ਲੱਗੇ ਸਾਡੀਆਂ ਅੱਖਾਂ ਤੋਂ ਦੂਰ ਹੋ ਜਾ, ਜੇ ਮਹਾਂਪੁਰਖ ਦੀ ਸੰਗਤ ਕਰਕੇ ਇਹੋ ਜਿਹੇ ਕਰਮ ਕਰਨੇ ਹਨ ਤਾਂ ਫਿਰ ਇੱਥੇ ਆਉਣ ਦੀ ਕੀ ਲੋੜ ਹੈ। ਜੇ ਮਹਾਂਪੁਰਖ ਦੀ ਸੰਗਤ ਵਿੱਚ ਆ ਕੇ ਕੋਈ ਸਿੱਖਿਆ ਨਹੀਂ ਪ੍ਰਾਪਤ ਕੀਤੀ, ਸੱਚ ਬੋਲਣਾ ਨਹੀਂ ਸਿੱਖਿਆ ਤਾਂ ਕਿਸ ਕੰਮ ਹੈ। ਆਖਿਆ ਜਾ ਉਸ ਗਰੀਬ ਦੇ ਚਰਨ ਪਕੜ ਕੇ ਮਾਫੀ ਮੰਗ, ਹੱਥ ਜੋੜ ਤੇ ਆਪਣੀਆਂ ਭੁੱਲਾਂ ਦੀ ਖਿਮਾ ਮੰਗ ਕੇ ਆ, ਤੇ ਨਾਲੇ ਉਸਨੂੰ ਪੈਸੇ ਮੋੜ ਕੇ ਆ। ਉਸ ਗਰੀਬ ਦਾ ਸਭ ਕੁਛ ਵਿਖਾ ਕੇ, ਉਸਦਾ ਰੋਮ ਰੋਮ ਤੂੰ ਕਰਜਾਈ ਕਰਕੇ ਤੇ ਇੱਥੇ ਕੜਾ ਪ੍ਰਸਾਦ ਲਿਆਇਆ, ਇਹ ਜਿਹੜਾ ਵੀ ਖਾਵੇਗਾ ਉਹ ਵੀ ਨਰਕਾਂ ਦਾ ਭਾਗੀ ਬਣ ਜਾਏਗਾ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਹਜ਼ੂਰ ਕਹਿੰਦੇ ਨੇ ਤੂੰ ਐਸੇ ਲੇਖ ਲਿਖ ਕੇ ਨਾ ਜਾ ਜੋ ਤੂੰ ਕਲੰਕਿਤ ਹੋ ਜਾਵੇਂ। ਕਾਲੇ ਲਿਖ ਨਾ ਲੇਖ ਬੰਦਿਆ, ਤੂੰ ਕਾਲੇ ਲਿਖ ਨਾ।